ਮੈਂ ਕਹਿੰਦੀ ਆ ਇੰਨਾ ਜਨੂਨ ਹੈ ਬਾਹਰ ਕੈਨੇਡਾ ਅਮਰੀਕਾ ਚ ਵੀ ਕਬੱਡੀ ਦਾ ਵੀ ਇੰਨਾ ਅਖਾੜਿਆਂ ਚ ਮੈਂ ਇਕੱਠ ਨੀ ਦੇਖਿਆ ਜਿੰਨਾ ਕਬੱਡੀ ਦੇ ਦੇਖਿਆ। ਸੋ ਬਹੁਤ ਪਿਆਰ ਸਤਿਕਾਰ ਦਿੱਤਾ ਪੰਜਾਬੀਆਂ ਨੇ ਉੱਥੇ ਵੀ, ਮੈਂ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇੰਨਾ ਮਾਨ ਸਤਿਕਾਰ ਬਖਸ਼ਿਆ ਮੈਨੂੰ ਉੱਥੇ ਵੀ। ਸੋ ਧੰਨਵਾਦ ਕਰਦੀ ਹਾਂ ਭਾਜੀ, ਥੈਂਕ ਯੂ ਸੋ ਮਚ। ਬੰਦੇ ਦੋਗਲੇ ਮੁਸੀਬਤਾਂ ਚ ਭੱਜ ਜਾਂਦੇ ਆ ਜੀ, ਬੰਦੇ ਦੋਗਲੇ। ਮੈਂ ਇੱਕ ਤਾੜੀ ਲਾ ਕੇ ਦੱਸੀ ਉਹਦਾ ਕਿੰਨਾ ਕਿੰਨਾ ਟੱਕਰ ਆ ਬੰਦੇ ਦੋਗਲੇ। ਮੈਂ ਤੁਹਾਡੇ ਤਾਂ ਐਡੀ ਉਮਰ ਵੀ ਨੀ ਹੈਗੀ ਵੀ ਤੁਹਾਨੂੰ ਪਤਾ ਹੋਵੇ ਬੰਦੇ ਦੋਗਲੇ ਕੀ ਹੁੰਦੇ ਹੈ। ਤੁਸੀਂ ਵੀ ਤਾੜੀ ਤੇ ਜ਼ੋਰ ਦਿੱਤਾ ਹੈ, ਇੱਧਰ ਆ ਭੈਣਾਂ ਨੇ ਖੁੱਲ ਕੇ ਤਾੜੀ ਲਾਈ, ਇੱਧਰ ਬੇਬੇ ਵੀ ਤਾੜੀਆਂ ਲਾਈ ਜਾਂਦੀ, ਉਹ ਹੱਲੇ ਵੀ ਲੱਗੀ ਹੋਈ ਹੈ ਨਾਲ। ਰੁਕ ਜਾ ਬੇਬੇ, ਰੁਕ ਜਾ, ਕੋਈ ਨਾ ਬਸ ਸਰ ਗਿਆ। ਮੈਨੂੰ ਪਤਾ ਬਹੁਤ ਜ਼ਿਆਦਾ ਹੀ ਮਿਲੇ ਲੱਗਦੇ, ਰੋਜ਼ ਮਿਲਦੇ ਲੱਗਦੇ। ਮੈਂ ਸਰ ਗੱਲ ਕਰਦੀ ਹਾਂ ਕਿ ਮਤਲਬ ਖੋਰ ਐਸੇ ਜਮਾਨੇ ਆ ਗਏ ਹੋਏ ਆ ਵੀਰੇ ਪਿੱਛੇ, ਪਲੀਜ਼ ਇਹਨੂੰ ਘਟਾ ਲਾ, ਪਲੀਜ਼ ਇਹਨੂੰ ਘਟਾ ਲਾ, ਸੱਚੀ ਕਹਿੰਦੀ ਹਾਂ। ਮਤਲਬ ਖੋਰ ਐਸੇ ਜਮਾਨੇ ਆ ਗਏ ਹੋਏ ਆ ਕਿ ਹੁਣ ਦੋ ਅੱਖਾਂ ਦੇ ਨਾਲ ਬੰਦਾ ਤੀਜੀ ਅੱਖ ਵੀ ਖੋਲ ਕੇ ਰੱਖੇ। ਹਾਂਜੀ, ਬੰਦੇ ਦੋਗਲੇ ਮੁਸੀਬਤਾਂ ਚ ਭੱਜ ਜਾਂਦੇ ਆ ਜੀ, ਬੰਦੇ ਦੋਗਲੇ ਦੋਗਲੇ। ਕਹਿੰਦਾ ਕਈ ਪਿੰਡ ਮਾੜੇ ਕੰਮਾਂ ਕਰਕੇ ਬਦਨਾਮ ਹੁੰਦੀ ਹੈ ਤੇ ਕਈ ਪਿੰਡ ਚੰਗੇ ਕੰਮਾਂ ਕਰਕੇ ਮਸ਼ਹੂਰ ਹੁੰਦੀ ਹੈ। ਕਈ ਪਿੰਡ ਮਾੜੇ ਕੰਮਾਂ ਕਰਕੇ ਬਦਨਾਮ ਹੁੰਦੇ ਹੈ, ਕਈ ਪਿੰਡ ਚੰਗੇ ਕੰਮਾਂ ਕਰਕੇ ਮਸ਼ਹੂਰ ਹੁੰਦੇ ਹੈ। ਆਪ ਕੁਝ ਕਰਨਾ ਨਹੀਂ, ਕਿਸੇ ਨੂੰ ਕੁਝ ਕਰਨ ਨਹੀਂ ਦੇਣਾ। ਦੋ ਚਾਰ ਪਿੰਡ ਚ ਜ਼ਰੂਰ ਹੁੰਦੇ ਆ, ਦੋ ਚਾਰ ਪਿੰਡ ਚ ਜ਼ਰੂਰ ਹੁੰਦੇ ਆ। ਉਹ ਗੁੱਡੀ ਚਾੜਦੀ ਤੂੰ ਯਾਰ ਬੇਲੀ ਤਾੜੀ ਕਲਾਸੀ ਆ ਜਾਂਦੇ ਨੇ ਫਿਰ ਕੋਲੇ ਅਸਲ ਦੇ।
ਜੋ ਕੌੜੀਆਂ ਸੱਚਾਈਆਂ ਜੋ ਸਾਡੇ ਸਮਾਜ ਦੀਆਂ ਹਕੀਕਤਾਂ ਵੀਰ ਜੀ ਇੱਕ ਗੇੜਾ ਤਾਂ ਜਿਹੜਾ ਲਾ ਕੇ ਆਓ ਪੰਡਾਲ ਦੇ ਵਿੱਚ ਜਾ ਕੇ ਕਿਸੇ ਨਾ ਕਿਸੇ ਦੀ ਕੋਈ ਨਾ ਕੋਈ ਤਾਂ ਹੱਡ ਬੀਤੀ ਹੋਊਗੀ ਕਿਉਂਕਿ ਸੱਚੀਆਂ ਗੱਲਾਂ ਤੇ ਲੋਕ ਤੱਕ ਗੀਤ ਇਹੀ ਹੁੰਦੇ ਆ ਸੋ ਗੌਰ ਕਰਨਾ ਜੀ ਕੀ ਲਿਖਿਆ ਉਮੀਦ ਹੈ ਤਾਂ ਤੁਸੀਂ ਪਸੰਦ ਕਰੋਗੇ ਕਿਉਂਕਿ ਲਾਈਨਾਂ ਥੋੜੀਆਂ ਜਿਹੀਆਂ ਰੇਸ਼ਮੀ ਦੁਪੱਟੇ ਉੱਤੇ ਜਨਕਾਰੀਆਂ ਮਾਰ ਜਾਣ ਬੰਦੇ ਨੂੰ ਕਬੀਲਦਾਰੀਆਂ